ਮਾਰਨਿੰਗ ਸਟੂਡੈਂਟ ਕਲਾਸ 6 ਚੈਪਟਰ 5 ਫ੍ਰੈਕਸ਼ਨਲ ਨੰਬਰ ਅੱਜ ਅਸੀਂ ਐਕਸਰਸਾਈਜ਼ 5.4 ਸਟਾਰਟ ਕਰਨੀ ਆ 5.4 ਐਕਸਰਸਾਈਜ਼ ਰਿਲੇਟਡ ਆ ਟਾਈਪ ਆਫ ਫ੍ਰੈਕਸ਼ਨ ਦੇ ਨਾਲ ਫਰਸਟ ਇਕੁਏਸ਼ਨ ਆ ਸਾਡੇ ਕੋਲ ਵਿਚ ਆਫ ਦਾ following are the group of like fraction ਹੁਣ ਅਸੀਂ نیچے ਸਾਨੂੰ ਦੋ ਇਕੁਏਸ਼ਨਸ 기ਵਨ ਆ ਅਸੀਂ ਦੇਖਣਾ ਕਿ ਜਿਹੜਾ ਸਾਨੂੰ ਗਰੁੱਪ 기ਵਨ ਆ ਉਹ ਲਾਈਕ ਫ੍ਰੈਕਸ਼ਨ ਹੈਗੀ ਕਿ ਲਾਈਕ ਫ੍ਰੈਕਸ਼ਨ ਨਹੀਂ ਆ ਸਭ ਤੋਂ ਪਹਿਲੇ ਫਸਟ ਇਕੁਏਸ਼ਨ ਆ ਸਾਡੇ ਕੋਲ 3/7 2/7 ਸਭ ਤੋਂ ਪਹਿਲੇ ਅਸੀਂ ਦੇਖਾਂਗੇ ਕਿ ਲਾਈਕ ਫ੍ਰੈਕਸ਼ਨ ਸਾਡੇ ਕੋਲ ਕੀ ਹੁੰਦੀ ਆ ਫਸਟ ਪਾਰਟ ਜਿਹੜਾ ਸਾਡਾ ਉਹ ਲਾਈਕ ਫ੍ਰੈਕਸ਼ਨ ਦੇ ਰਿਲੇਟਿਡ ਆ ਲਾਈਕ ਫ੍ਰੈਕਸ਼ਨ ਸਾਡੇ ਕੋਲ ਕੀ ਹੁੰਦਾ ਵਾ ਇਹ ਫ੍ਰੈਕਸ਼ਨ ਹੂਸ ਡਿਨੋਮੀਨੇਟਰ ਆਰ ਸੇਮ ਜਿਹਦੇ ਵਿੱਚ ਡਿਨੋਮੀਨੇਟਰ ਕੀ ਹੋਵੇ ਸੇਮ ਹੋਵੇ ਫ੍ਰੈਕਸ਼ਨ ਹੋਵੇ ਤੇ ਡਿਨੋਮੀਨੇਟਰ ਸੇਮ ਹੋਵੇ ਉਹਨੂੰ ਕਹਿੰਦੇ ਨੇ ਲਾਈਕ ਫ੍ਰੈਕਸ਼ਨ ਐਗਜ਼ਾਮਪਲ ਆ 1/7 2/7 3/7 ਹੁਣ ਐਗਜ਼ਾਮਪਲ ਦੇ ਵਿੱਚ ਤਿੰਨਾ ਜਿਹੇ ਡਿਨੋਮੀਨੇਟਰ ਸਾਡੇ ਕੋਲ ਕੀ ਨੇ ਸੇਮ ਨੇ ਲਾਈਕ ਫ੍ਰੈਕਸ਼ਨ ਉਹ ਫ੍ਰੈਕਸ਼ਨ ਹੁੰਦੀ ਆ ਜਿਹਦੇ ਵਿੱਚ ਡਿਨੋਮੀਨੇਟਰ ਸਾਡੇ ਕੋਲ ਸੇਮ ਹੋਣ ਹੁਣ ਅਸੀਂ ਫਰਸਟ ਪਾਰਟ ਸੋਲਵ ਕਰਾਂਗੇ ਫਰਸਟ ਸਮ ਆ 3/7 2/7 ਹੁਣ ਦੋਨਾਂ ਵਿੱਚ ਡਿਨੋਮੀਨੇਟਰ ਕੀ ਨੇ ਸਾਡੇ ਕੋਲ ਸੇਮ ਨੇ ਤੇ ਇਹ ਸਾਡੇ ਕੋਲ ਕੀ ਆ ਲਾਈਕ फ्रैक्शन फस्ट लाइक फ्रैक्शन क्योंकि दोनों के डिनोमीनेटर सेम ने सैकेंड है फोर ओवर नाइन कौमा थ्री ओवर नाइन कौम फाइव ओवर सैवन फस्ट दो को सेम ने बट थर्ड वाला पेयर साढ़े फाइव ओवर सैवन है ये की होगा नो नॉट लाइक फ्रैक्शन लाइक फ्रैक्शन होंगी जिनोमीनेटर सब दे ਇਕਵਲ ਹੁੰ ਜੇ ਦੋ ਪੇਅਰ ਆ ਤੇ ਦੋਨਾਂ ਦੇ ਡਿਨੋਮੀਨੇਟਰ ਸੇਮ ਹੋਣਗੇ ਜੇ ਤਿੰਨ ਪੇਅਰ ਆ ਤੇ ਤਿੰਨਾਂ ਦੇ ਡਿਨੋਮੀਨੇਟਰ ਸੇਮ ਹੋਣਗੇ ਫਰਸਟ ਵਿੱਚ ਸਾਡੇ ਕੋਲ ਲਾਈਕ ਫ੍ਰੈਕਸ਼ਨ ਆਈ ਕਿਉਂਕਿ ਦੋਨਾਂ ਦੇ ਸੇਮ ਸੀ ਡਿਨੋਮੀਨੇਟਰ ਸੈਕਿੰਡ ਵਿੱਚ ਸਾਡੇ ਕੋਲ ਨੋਟ ਲਾਈਕ ਫ੍ਰੈਕਸ਼ਨ ਕਿਉਂਕਿ ਦੋ ਪੇਅਰ ਸਾਡੇ ਕੋਲ ਡਿਨੋਮੀਨੇਟਰ ਸੇਮ ਆ ਥਰਡ ਵਾਲੇ ਦਾ ਡਿਨੋਮੀਨੇਟਰ ਕੀ ਸੀ ਸਾਡੇ ਕੋਲ 7 ਸੀ ਸੈਕਿੰਡ ਪਾਰਟ ਆ ਸਾਡੇ ਕੋਲ ਡਿਵਾਈਡ ਈਚ ਆਫ ਦਾ ਫਾਲੋਇੰਗ ਇਨਟੂ ਗਰਪਸ of like and unlike fraction ਹੁਣ نیچے ਅਸੀਂ ਦੇਖਣਾ ਕਿ نیچے ਸਾਨੂੰ ਇੱਕ ਗਰੁੱਪ 기ਵਨ ਆ ਇਹਦੇ ਵਿੱਚ ਲਾਈਕ ਫ੍ਰੈਕਸ਼ਨ ਕਿਹੜੀਆਂ ਨੇ ਤੇ ਅਨਲਾਈਕ ਫ੍ਰੈਕਸ਼ਨਸ ਕਿਹੜੀਆਂ ਨੇ ਸਭ ਤੋਂ ਪਹਿਲੇ ਅਸੀਂ ਲਾਈਕ ਫ੍ਰੈਕਸ਼ਨ ਦੇ ਰਿਲੇਟਿਡ ਇੱਕ ਸਮ ਸੋਲਵ ਕੀਤਾ ਵਾ ਲਾਈਕ ਫ੍ਰੈਕਸ਼ਨ ਉਹ ਵਾਲੀ ਹੁੰਦੀ ਆ ਜਿਹਦੇ ਵਿੱਚ ਡਿਨੋਮੀਨੇਟਰ ਸਭ ਦੇ ਸੇਮ ਹੁੰਨ ਸਭ ਤੋਂ ਪਹਿਲੇ ਅਸੀਂ ਲਾਈਕ ਫ੍ਰੈਕਸ਼ਨ ਦੇਖਾਂਗੇ ਲਾਈਕ ਫ੍ਰੈਕਸ਼ਨ ਗਰੁੱਪ ਚੋ ਦੇਖਣਾ ਕਿ ਕਿਹੜੇ ਕਿਹੜੇ ਪੇਅਰ ਆ ਸਭ ਤੋਂ ਪਹਿਲੇ ਕਿਹਦਾ ਕਿਹਦਾ ਡਿਨੋਮੀਨੇਟਰ ਸੇਮ ਆ 1/7 2/7 ਤੇ 4/7 ਲਾਈਕ ਫ੍ਰੈਕਸ਼ਨ ਹੁੰਦੀ ਜਿਹਦੇ ਵਿੱਚ ਡਿਨੋਮੀਨੇਟਰ ਸੇਮ ਹੋਵੇ 1/7, 2/7, 4/7 ਇਹ ਸਾਡੇ ਕੋਲ ਕਿਹੜਾ ਆ ਗਿਆ ਗਰੁੱਪ ਲਾਈਕ ਫ੍ਰੈਕਸ਼ਨ ਦਾ ਹੁਣ ਅਸੀਂ ਕੀ ਫਾਈਂਡ ਕਰਨੀ ਅਨਲਾਈਕ ਫ੍ਰੈਕਸ਼ਨ ਹੁਣ ਅਸੀਂ ਲਿਖਾਂਗੇ ਅਨਲਾਈਕ ਫ੍ਰੈਕਸ਼ਨ अनलाइक फ्रैक्शन आजे कोल फ्रैक्शन हूज डिनोमीनेटर आर डिफरेंट जेद डिनोमीनेटर साढ़े को हो डिफरेंट होे को अनलाइक फ्रैक्शन एग्जाम्पल आ वन ओवर टू कौमा वन ओवर थ्री हम इग्जाम्पल दो डिनोमीनेटर साढ़े को ने डिफरेंट ने अनलाइक फ्रैक्शन डिनोमीनेटर आर डिफरेंट हूँ साढ़े कोल जिड़े जड़े पेयर रह गए साढ़े की ने अनलाइक फ्रैक्शन थ्री ओवर फोर कॉमा वन ओवर टू कॉमा थ्री ओवर एट लाइक फ्रैक्शन डिनोमीनेटर दे सेम अनलाइक फ्रैक्शन के सबोमीनेटर डिफरेंट ने थर्ड पार्ट आजे विच ऑफ द फॉलोइंग आर प्रोपर फ्रैक्शन हूँ असी की देखना प्रोपर फ्रैक्शन देखनी नीचे दो इक्वेन गिवन ने फाइव ओवर एट फस्ट वाली इक्वेन आ सैकेंड आ फोर ओवर फोर हूँ सब तो पहले असं देखा कि प्रोपर फ्रैक्शन की आ ਪ੍ਰੋਪਰ ਫ੍ਰੈਕਸ਼ਨ ਆ ਸਾਡੇ ਕੋਲ ਇਹ ਫ੍ਰੈਕਸ਼ਨ ਇਨ ਵਿੱਚ ਦਾ ਨਿਊਮਿਨੇਟਰ ਇਜ਼ ਲੈਸ ਜਿਹਦੇ ਵਿੱਚ ਨਿਊਮਿਨੇਟਰ ਲੈਸ ਦੈਨ ਨੋਵੇ ਡਿਨੋਮੀਨੇਟਰ ਦੇ ਨਾਲੋਂ ਉਹਨੂੰ ਕੀ ਕਹਿੰਦੇ ਨੇ ਪ੍ਰੋਪਰ ਫ੍ਰੈਕਸ਼ਨ ਦੁਬਾਰਾ ਰਿਪੀਟ ਕਰਦੀ ਪਈਆਂ ਇਹ ਫ੍ਰੈਕਸ਼ਨ ਇਨ ਵਿੱਚ ਦਾ ਨਿਊਮਿਨੇਟਰ ਇਜ਼ ਲੈਸ ਦੈਨ ਡਿਨੋਮੀਨੇਟਰ ਨਿਊਮਿਨੇਟਰ ਲੈਸ ਹੋਵੇ ਡਿਨੋਮੀਨੇਟਰ ਦੇ ਕੋਲੋਂ ਉਹਨੂੰ ਕਹਿੰਦੇ ਨੇ ਪ੍ਰੋਪਰ ਫ੍ਰੈਕਸ਼ਨ ਐਗਜ਼ਾਮਪਲ ਆ ਨੀਚੇ 1/2 वन ओवर थ्री फोर ओवर सैवन फस्ट साडे को वन न्यूमीनेटर आ डिनोमीनेटर साढ़े को सैकेंड आन न्यूमीनेटर वन जरा लैस है डिनोमीनेटर टू दे हम असी थर्ड पार्ट सोल्व करा फाइव ओवर फस्ट इक्वेन आइव ओवर एट फस्ट साडे को न्यूमीनेटर नीचे वाले नी बोलते हैं डिनोमीनेटर न्यूमीनेटर लैसदन आ डिनोमीनेटर को जो न्यूमीनेटर लैसदेन डिनोमीनेटर को फिर एक कि फ्रैक्शन होंगी है फस्ट वाली साढ़े को प्रोपर फ्रैक्शन हूँ सैकेंड असं सॉल्व करा फोर ओवर फोर इक्वेन आकेंड फोर ओवर फोर हूँ ਪ੍ਰੋਪਰ ਫ੍ਰੈਕਸ਼ਨ ਅਸੀਂ ਦੇਖਣਾ ਵਾਂ ਕਿ ਪ੍ਰੋਪਰ ਫ੍ਰੈਕਸ਼ਨ ਹੈਗੀ ਕਿ ਨਹੀਂ 4/4 ਆ ਹੁਣ 4/4 ਸਾਡੇ ਕੋਲ ਕੀ ਆ ਨਾਟ ਪ੍ਰੋਪਰ ਫ੍ਰੈਕਸ਼ਨ ਕਿਉਂਕਿ ਪ੍ਰੋਪਰ ਫ੍ਰੈਕਸ਼ਨ ਉਹ ਹੁੰਦਾ ਵਾ ਜਿਹਦੇ ਵਿੱਚ ਨਿਊਮਿਨੇਟਰ ਲੈਸ ਹੋਵੇ ਇਹਦੇ ਵਿੱਚ ਨਿਊਮਿਨੇਟਰ ਕਿੰਨਾ 4 ਡਿਨੋਮੀਨੇਟਰ ਵੀ ਸਾਡੇ ਕੋਲ ਕਿੰਨਾ 4 ਆ ਇਹ ਕੀ ਹੋਏਗਾ ਨਾਟ ਪ੍ਰੋਪਰ ਫ੍ਰੈਕਸ਼ਨ ਫੋਰਥ ਸਮ ਆ ਸਾਡੇ ਕੋਲ ਵਿਚ ਆਫ ਦੀ ਫੋਲੋਇੰਗ ਆਰ ਇੰਪ੍ਰੋਪਰ ਫ੍ਰੈਕਸ਼ਨ ਹੁਣ ਅਸੀਂ ਦੇਖਣਾ ਕਿ ਇੰਪ੍ਰੋਪਰ ਫ੍ਰੈਕਸ਼ਨ ਸਾਡੇ ਕੋਲ ਕਿਹੜੀ ਹੁੰਦੀ ਆ ਫਰਸਟ ਇਕੁਏਸ਼ਨ ਆ 5 ਓਵਰ 3 ਇੰਪ੍ਰੋਪਰ ਫ੍ਰੈਕਸ਼ਨ ਇਹ ਫ੍ਰੈਕਸ਼ਨ ਇਨ ਵਿੱਚ ਦਾ ਡਿਨੋਮੀਨੇਟਰ ਇਜ਼ ਲੈਸ ਦੈਨ ਦਾ ਨਿਊਮੀਨੇਟਰ ਜਿਹਦੇ ਵਿੱਚ ਡਿਨ ਹੁਣ ਇੰਪ੍ਰੋਪਰ ਦੇ ਵਿੱਚ ਹੁੰਦਾ ਵਾ ਕਿ ਡਿਨੋਮੀਨੇਟਰ ਲੈਸ ਹੁੰਦਾ ਵਾ ਨਿਊਮੀਨੇਟਰ ਦੇ ਨਾਲੋਂ ਉਹਨੂੰ ਕੀ ਕਹਿੰਦੇ ਨੇ ਇੰਪ੍ਰੋਪਰ ਫ੍ਰੈਕਸ਼ਨ ਇਗਜ਼ਾਮਪਲ ਆ 4/3 5/7 ਹੁਣ ਇੱਕ ਇਗਜ਼ਾਮਪਲ ਆ 4/3 ਫਸਟ ਨੂੰ ਅਸੀਂ ਬੋਲਦੇ ਨੇ ਨਿਊਮਿਨੇਟਰ ਸੈਕੰਡ ਆ ਸਾਡੇ ਕੋਲ ਡਿਨੋਮੀਨੇਟਰ ਹੁਣ ਨਿਊਮਿਨੇਟਰ ਜਿਹੜਾ 4 ਆ ਉਹ ਸਾਡੇ ਕੋਲ ਕੀ ਆ ਗ੍ਰੇਟਰ ਆ ਡਿਨੋਮੀਨੇਟਰ ਸਾਡੇ ਕੋਲ ਕੀ ਆ ਲੈਸ ਆ ਇਮਪ੍ਰੋਪਰ ਦੇ ਵਿੱਚ ਡਿਨੋਮੀਨੇਟਰ ਇਜ਼ ਲੈਸ ਦੈਨ ਦਾ ਨਿਊਮਿਨੇਟਰ ਫਸਟ ਸਮ ਆਫ 5/3 ਹੁਣ ਫਸਟ ਸੋਲਵ ਕਰਾਂਗੇ 5/3 ਫਸਟ ਸਾਡਾ ਨਿਊਮਿਨੇਟਰ 3 3 ਨੂੰ ਸੀ ਬੋਲਦੇ ਆ ਡਿਨੋਮੀਨੇਟਰ ਹੁਣ ਇਮਪ੍ਰੋਪਰ ਇਮਪ੍ਰੋਪਰ ਫ੍ਰੈਕਸ਼ਨ ਕਿਹੜੀ ਹੁੰਦੀ ਹੈ ਜਿਹਦੇ ਵਿੱਚ ਨਿਊਮੀਨੇਟਰ ਜਿਹੜਾ ਵਾ ਉਹ ਸਾਡੇ ਕੋਲ ਕੀ ਹੋਵੇ ਗ੍ਰੇਟਰ ਹੋਵੇ ਡਿਨੋਮੀਨੇਟਰ ਲੈਸ ਹੋਵੇ ਫਸਟ ਸਾਡੇ ਕੋਲ ਕੀ ਆ ਇਮਪ੍ਰੋਪਰ ਫ੍ਰੈਕਸ਼ਨ ਕਿਉਂਕਿ ਇਮਪ੍ਰੋਪਰ ਫ੍ਰੈਕਸ਼ਨ ਦੇ ਵਿੱਚ ਡਿਨੋਮੀਨੇਟਰ ਲੈਸ ਦਨ ਨਿਊਮੀਨੇਟਰ ਸੈਕਿੰਡ ਆ ਇਕੁਏਸ਼ਨ 1 ਓਵਰ 3 ਸੈਕਿੰਡ ਹੈ ਜੀ ਸਾਡੇ ਕੋਲ 1 ਓਵਰ 3 ਫਸਟ ਸਾਡੇ ਕੋਲ 1 ਕੀ ਹੈਗਾ ਵਾ ਨਿਊਮਿਨੇਟਰ ਹੈ 3 ਸਾਡੇ ਕੋਲ ਕੀ ਹੈ ਡਿਨੋਮੀਨੇਟਰ ਹੁਣ ਇਹਦੇ ਵਿੱਚ ਸਾਡੇ ਕੋਲ ਕੀ ਹੈ 1 ਜਿਹੜਾ ਲੈਸ ਆ ਤੇ 3 ਸਾਡੇ ਕੋਲ ਗ੍ਰੇਟਰ ਹੈ ਇਟ ਮੀਨਸ ਨਾਟ ਇਮ ਪ੍ਰੋਪਰ ਫ੍ਰੈਕਸ਼ਨ ਇਹ ਕੀ ਹੈ ਸਾਡੇ ਕੋਲ ਨਾਟ ਇੰਪਰੋਪਰ ਫ੍ਰੈਕਸ਼ਨ ਫਿਫਥ ਸਮ ਆ ਸਾਡੇ ਕੋਲ ਵਿਚ ਆਫ ਦਾ ਫਾਲੋਇੰਗ ਆਰ ਮਿਕਸਡ ਫ੍ਰੈਕਸ਼ਨ ਹੁਣ ਨੰਬਰਸ ਵੇਖਣਾ ਕਿ ਮਿਕਸਡ ਫ੍ਰੈਕਸ਼ਨ ਨੰਬਰਸ ਕਿਹੜੇ ਨੇ ਫਰਸਟ ਸਾਨੂੰ ਨੀਚੇ ਗਿਵਨ ਆ 3 1 ਓਵਰ 6 ਸੈਕਿੰਡ ਇਕੁਏਸ਼ਨ ਆ 7 ਓਵਰ 9 ਹੁਣ ਅਸੀਂ ਦੇਖਣਾ ਕਿ ਮਿਕਸਡ ਨੰਬਰ ਸਾਡੇ ਕੋਲ ਕਿਹੜੇ ਹੁੰਦੇ ਨੇ ਮਿਕਸਡ ਫ੍ਰੈਕਸ਼ਨ ਆ ਇਹ ਫ੍ਰੈਕਸ਼ਨ ਇਜ਼ ਮੇਡ ਅਪ ਆਫ ਹੋਲ ਨੰਬਰ ਐਂਡ ਏ ਪ੍ਰੋਪਰ ਫ੍ਰੈਕਸ਼ਨ ਉਹਨੂੰ ਕੀ ਕਹਿੰਦੇ ਨੇ ਮਿਕਸਡ ਫ੍ਰੈਕਸ਼ਨ ਜਿਹਦੇ ਵਿੱਚ ਐਗਜ਼ਾਮਪਲ ਆ ਨੀਚੇ ਗਿਵਨ 1 ਸਾਡੇ ਕੋਲ ਕੀ ਆ ਹੋਲ ਨੰਬਰ 3/4 ਸਾਡੇ ਕੋਲ ਕੀ ਹੈ ਇਹਦੇ ਵਿੱਚ ਇੱਕ 1 ਹੋਲ ਨੰਬਰ 3/4 ਸਾਡੇ ਕੋਲ ਕੀ ਹੈਗੀ ਪ੍ਰੋਪਰ ਫ੍ਰੈਕਸ਼ਨ ਜਦੋਂ ਅਸੀਂ ਦੋਨਾਂ ਦਾ ਦੋਨਾਂ ਨੂੰ ਕੰਬਾਈਨ ਕਰਾਂਗੇ ਤੇ ਸਾਡੇ ਕੋਲ ਕੀ ਆਏਗਾ ਮਿਕਸਡ ਫ੍ਰੈਕਸ਼ਨ ਆਏਗੀ ਕਿ ਇਹਦੇ ਕਿਹਦੀ ਫ੍ਰੈਕਸ਼ਨ ਇਜ਼ ਮੇਡ ਅਪ ਆਫ ਹੋਲ ਨੰਬਰ ਐਂਡ ਅ ਪ੍ਰੋਪਰ ਫ੍ਰੈਕਸ਼ਨ ਉਹਨੂੰ ਕੀ ਬੋਲਾਂਗੇ ਮਿਕਸਡ ਫ੍ਰੈਕਸ਼ਨ ਐਗਜ਼ਾਮਪਲ ਆਫ 1 3/4 ਸੈਕੰਡ ਆ 3 1/5 ਹੁਣ 5ਵਿਥ ਵਿੱਚ ਅਸੀਂ ਦੇਖਣਾ ਮਿਕਸਡ ਨੰਬਰ ਫਰਸਟ ਸਾਡੇ ਕੋਲ ਕੀ ਹੈ 3 1/6 ਇਹ ਸਾਡੇ ਕੋਲ ਕੀ ਹੈ 3 ਸਾਡੇ ਕੋਲ ਹਾਲ ਨੰਬਰ ਹੈ 1/6 ਸਾਡੇ ਕੋਲ ਕੀ ਹੈ ਪ੍ਰੋਪਰ ਫ੍ਰੈਕਸ਼ਨ ਹੈ ਇਹ ਸਾਡੇ ਕੋਲ ਕੀ ਹੋਏਗਾ ਮਿਕਸਡ ਨੰਬਰ ਕੀ ਬੋਲਾਂਗੇ ਇਹ ਸਾਡੇ ਕੋਲ ਕੀ ਹੈ ਮਿਕਸਡ ਨੰਬਰਸ ਸੈਕੰਡ ਇਕੁਏਸ਼ਨ ਆ 7/9 ਹੁਣ ਮਿਕਸਡ ਨੰਬਰ ਕਿਹੜੇ ਹੁੰਦੇ ਨੇ ਜਿਹੜੇ ਫ੍ਰੈਕਸ਼ਨ ਕਿਹਦਾ ਮੇਡ ਅਪ ਹੋਵੇ ਮੇਡ ਅਪ ਹੋਵੇ ਮੇਡ ਅਪ ਹੋਵੇ ਹਾਲ ਨੰਬਰ ਦਾ ਤੇ ਮਿਕਸਡ ਫ੍ਰੈਕਸ਼ਨ ਦਾ ਇਹ ਸਿੰਪਲ ਸਾਡੇ ਕੋਲ 7/9 ਹੈਗਾ ਵਾ ਇਹ ਸਾਡੇ ਕੋਲ ਕੀ 기ਵਨ ਹੈ ਪ੍ਰੋਪਰ ਫ੍ਰੈਕਸ਼ਨ ਇਟ ਮੀਨਸ ਨਾਟ ਮਿਕਸਡ ਨੰਬਰ ਇਹ ਸਾਡੇ ਕੋਲ ਮਿਕਸਡ ਫ੍ਰੈਕਸ਼ਨ ਨਹੀਂ ਹੈਗੀ ਸੈਕਿੰਡ ਵਾਲੀ ਫਰਸਟ ਵਾਲੀ ਇਕੁਏਸ਼ਨ ਕੀ ਸੀ ਮਿਕਸਡ ਫ੍ਰੈਕਸ਼ਨ सिक्सथ समा साल फॉर ईच ऑफ द फॉलोइंग राइट टू मोर लाइक फ्रैक्शन हूँ नीचे सानू एक इक्वेशन गिवन आ टू ओवर टेन कॉमा फाइव ओवर टेन कॉमा सिक्स ओवर टेन हूँ असी की करना ये दो होर किन्ने गया टू मोर टू होर एड करनी है की लाइक like फ्रैक्शन सब तो पहले अं एज इट इज़ लिखा टू ओवर टेन कॉमा फाइव ओवर टेन कॉमा सिक्स ओवर टेन हूँ असी की करना टू मोर करनी लाइक फ्रैक्शन टू ओवर टेन फाइव ओवर टेन सिक्स ओवर टेन ऐड करा सैवन ओवर टेन कौम एट ओवर टेन ये साढ़े को आ गई टू मोर लाइक फ्रैक्शन तीन सानू तीन पेयर गिवन से दो पेयर असी एड करे सी फाइव ओवर टेन कौम एट ओवर टेन ਸੈਵੰਥ 파ਟ ਆ ਸਾਡੇ ਕੋਲ ਰਾਈਟ ਸ਼ੈਡੇਡ 파ਟ ਐਜ਼ ਅ ਮਿਕਸ ਫ੍ਰੈਕਸ਼ਨ ਨੀਚੇ ਇੱਕ ਇਕੁਏਸ਼ਨ ਗਿਵਨ ਆ ਅਸੀਂ ਦੇਖਣਾ ਕਿ ਸ਼ੈਡੇਡ 파ਟ ਨੂੰ ਅਸੀਂ ਕਿਦੇ ਵਿੱਚ ਕਨਵਰਟ ਕਰਨਾ ਮਿਕਸਡ ਫ੍ਰੈਕਸ਼ਨ ਦੇ ਵਿੱਚ ਸਭ ਤੋਂ ਪਹਿਲੇ 1 ਸੈਕੰਡ 1 2 ਸੈਕੰਡ ਸਾਡੇ ਕੋਲ ਕੀ ਆ ਗਿਆ ਹਾਫ ਹਾਫ ਸ਼ੈਡੇਡ ਆ ਹੁਣ ਅਸੀਂ ਇਹਨੂੰ ਕਿਸ ਫਾਰਮ ਦੇ ਵਿੱਚ ਲਿਖਾਂਗੇ ਸ਼ੈਡੇਡ ਵਾਲਾ ਸਾਡੇ ਕੋਲ ਕਿੰਨਾ ਆਏਗਾ 2 ਹੁਣ ਆਹ ਹਾਫ ਸ਼ੈਡੇਡ ਆ ਇਟ ਮੀਨਸ 2 टू तो तनाल से की मांगे हाफ ए साड़ी कल किया आएगा मिक्स्ड फ्रैक्शन क्योंकि दो जेड सी फर्स्ट से सेकंड साड़ी कल शेड्डेड सी टू लिखिया सेकंड जेड़ा किसी वो हाफ शेड्डेड सी वन ओवर टू एक्सरसाइज 5.4 ਦੇ 1 ਤੋਂ 6 ਪਾਰਟ ਤੁਹਾਡੇ ਹੋਮਵਰਕ ਲਈ ਨੇ ਇਹ ਤੁਹਾਡੀ ਹੋਮਵਰਕ ਕਾਪੀ ਤੇ ਕੰਪਲੀਟ ਹੋਣੀ ਚਾਹੀਦੀ ਨੇ এক্সਰਸਾਈਜ਼ 5.4 ਤੁਹਾਡੀ ਕੰਪਲੀਟ ਆ